ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੰਧੂ ਫੈਮਿਲੀ ਕਿਚਨ 'ਚ। ਮੈਂ ਜਾ ਰਹੀ ਸੀ ਗੋਭੀ ਵਾਲਾ ਪਰਾਂਠਾ ਬਣਾਉਣ ਤੇ ਮੈਂ ਕਿਹਾ ਆਓ ਚੱਲੀਏ ਤੁਹਾਨੂੰ ਵੀ ਨਾਲ ਲੈ ਲਈਏ। ਤੇ ਜੀ ਪਰਾਂਠਾ ਬਣਾਉਣ ਵਾਸਤੇ ਆ ਦੇਖੋ ਗੋਭੀ ਧੋ ਕੇ ਮੈਂ ਅੱਛੀ ਤਰ੍ਹਾਂ ਇਹਨੂੰ ਕੱਦੂਕਸ ਕਰ ਲਿਆ। ਇੱਕ ਕਿੱਤੇ ਵਿੱਚ ਹਰੀ ਮਿਰਚ, ਹਰੀ ਮਿਰਚ ਨਾਲ ਇੱਦਾਂ ਰਗੜਨ ਦੇ ਨਾ ਉਹਦਾ ਟੇਸਟ ਅਲੱਗ ਹੀ ਹੁੰਦਾ ਹੈ, ਫਲੇਵਰ ਕਰਕੇ ਦੇਖਣਾ। ਨਾਲ ਹੀ ਅਦਰਕ ਥੋੜਾ ਜਿਹਾ ਪਾਇਆ, ਧਨੀਆ। ਤੇ ਜੀ ਹੁਣ ਪਾਵਾਂਗੀ ਹਲਕੀ ਜੀ ਲਾਲ ਮਿਰਚ, ਬਹੁਤ ਘੱਟ ਖਾਣੀ ਹੈ ਮੈਂ। ਥੋੜਾ ਜਿਹਾ ਗਰਮ ਮਸਾਲਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ, ਮਿਰਚ ਜਿੰਨੀ ਮਰਜ਼ੀ। ਹਰੀ ਮਿਰਚ ਵੀ ਵਿੱਚ ਰਗੜ ਕੇ ਪਾਈ ਹੈ ਮੈਂ, ਤੁਸੀਂ ਕੱਟ ਕੇ ਪਾ ਸਕਦੇ ਹੋ। ਤੇ ਨਮਕ ਜਿਹੜਾ ਨਾ ਮੈਂ ਨਾਲ ਨਹੀਂ ਪਾਵਾਂਗੀ, ਅਲੱਗ ਇੱਕ ਇੱਕ ਰੋਟੀ ਦੇ ਵਿੱਚ ਐਡ ਕਰਾਂਗੀ। ਇਹਦੇ ਦੋ ਫਾਇਦੇ, ਇੱਕ ਤਾਂ ਦੇਖੋ ਜੇ ਤੁਸੀਂ ਸਾਰੀ ਇਹਦੇ ਗੋਭੀ ਵਿੱਚ ਨਮਕ ਐਡ ਕਰ ਲਓਗੇ ਤੇ ਫਿਰ ਤੁਸੀਂ ਘੱਟ ਵੱਧ ਨਹੀਂ ਕਰ ਸਕਦੇ ਕਿਸੇ ਵਾਸਤੇ ਵੀ। ਤੇ ਜੀ ਹੁਣ ਲਵਾਂਗੀ ਮੈਂ ਛੋਟਾ ਜਿਹਾ ਪੇੜਾ ਇੱਕ। ਵੈਸੇ ਮੈਂ ਗੋਭੀ ਦਾ ਪਰਾਂਠਾ ਪਹਿਲੇ ਪਾਇਆ ਹੋਇਆ, ਫਿਰ ਵੀ ਬਹੁਤ ਲੋਕਾਂ ਨੇ ਪੁੱਛਿਆ ਸੀ ਤੇ ਮੈਂ ਕਿਹਾ ਚਲੋ ਅੱਜ ਬਣਾ ਤੇ ਰਹੀ ਹਾਂ, ਕਿਉਂ ਨਾ ਸ਼ੂਟ ਕਰ ਲਾਂ। ਵੈਸੇ ਵੀ ਨਾ ਜਿਵੇਂ ਮੈਨੂੰ ਹੈਬਿਟ ਜੀ ਹੋ ਗਈ ਹੈ, ਕੁਛ ਵੀ ਬਣਾਉਣਾ ਹੋਏ ਚਾਹੇ ਨਾਸ਼ਤਾ ਚਾਹੇ ਕੁਛ, ਦਿਲ ਚ ਆਈ ਰਹਿੰਦਾ ਕਿ ਵੀਡੀਓ ਬਣਾ ਲਈਏ ਇੱਕ ਛੋਟੀ ਜਿਹੀ। ਤੇ ਦੇਖੋ ਜੀ ਇੰਨਾ ਕੁ ਵੇਲ ਲੈਣਾ ਹੈ ਅਸੀਂ ਤੇ ਇਹਨੂੰ ਕਰ ਲੈਣਾ ਹੈ ਮਿਕਸ ਤੁਸੀਂ ਚੰਗੀ ਤਰ੍ਹਾਂ। ਕੀ ਪਾਇਆ ਵਿੱਚ? ਗਰਮ ਮਸਾਲਾ ਔਰ ਮਿਰਚਾਂ। ਨਮਕ ਜਿਹੜਾ ਮੈਂ ਨਹੀਂ ਪਾਇਆ, ਅਦਰਕ ਧਨੀਆ। ਠੀਕ ਹੈ ਜੀ, ਹੁਣ ਕੀ ਕਰਾਂਗੇ ਗੋਭੀ ਨੂੰ ਇਸ ਤਰ੍ਹਾਂ ਵਿੱਚ ਭਰ ਲਾਂਗੇ। ਇਹ ਦੇਖੋ ਜੀ, ਤੇ ਹੁਣ ਕਰਾਂਗੇ ਇਹਦੇ ਚ ਨਮਕ ਐਡ। ਘੱਟ ਵੱਧ ਹੋਏ ਤੇ ਦੁਬਾਰਾ ਦੂਸਰੀ ਵਾਲੀ ਚ ਕਰ ਸਕਦੇ ਹੋ ਤੁਸੀਂ, ਠੀਕ ਹੈ ਨਾ। ਤੇ ਸਾਰੀ ਗੋਭੀ ਚ ਪਾਓਗੇ ਤੇ ਪਾਣੀ ਛੱਡੇਗੀ ਗੋਭੀ ਜਿਹੜੀ ਹੈ, ਇਸ ਕਰਕੇ ਮੈਂ ਨਮਕ ਜਿਹੜਾ ਹੈ ਨਾਲ ਨਾਲ ਐਡ ਕਰਦੀ ਹਾਂ। ਇਸ ਤਰ੍ਹਾਂ ਕਰਕੇ ਹੱਥ ਨਾਲ ਜਰਾ ਕਰ ਲਓ ਸਹੀ ਤਰੀਕੇ ਨਾਲ, ਕਿ ਕਿਨਾਰਿਆਂ ਤੇ ਵੀ ਗੋਭੀ ਤੁਹਾਡੀ ਚਲੀ ਜਾਏ। ਹੁਣ ਇਹਨੂੰ ਬਿਲਕੁਲ ਸੋਫਟ ਹੱਥਾਂ ਨਾਲ ਵੇਲਾਂਗੇ ਅਸੀਂ ਇਸ ਤਰ੍ਹਾਂ ਕਰਕੇ। ਕਈ ਲੋਕ ਕਹਿੰਦੇ ਨੇ ਜੀ ਅਸੀਂ ਗੋਭੀ ਦਾ ਪਰਾਂਠਾ ਬਣਾਉਂਦੇ ਹਾਂ ਨਾ ਤੇ ਉਹ ਸਾਡਾ ਟੁੱਟ ਜਾਂਦਾ, ਤਾਂ ਕਰਕੇ ਕਿ ਗੋਭੀ ਜਿਹੜੀ ਹੈ ਪਾਣੀ ਛੱਡ ਦਿੰਦੀ ਹੈ। ਠੀਕ ਹੈ ਜੀ, ਤੇ ਤੁਸੀਂ ਨਮਕ ਜਿਹੜਾ ਨਾਲ ਨਾਲ ਪਾਓਗੇ ਤੇ ਗੋਭੀ ਪਾਣੀ ਨਹੀਂ ਛੱਡੇਗੀ। ਵੈਸੇ ਵੀ ਕੱਦੂਕਸ ਕਰਕੇ ਨਾ ਹਲਕੀ ਜੀ ਸਾਨੂੰ ਨਿਚੋੜ ਲੈਣੀ ਚਾਹੀਦੀ ਹੈ ਗੋਭੀ, ਐਵੇਂ ਹੱਥਾਂ ਨਾਲ ਹੀ। ਜੇ ਤੁਹਾਨੂੰ ਲੱਗ ਰਿਹਾ ਹੈ ਕਿ ਫ੍ਰਿਜ ਚ ਰੱਖੀ ਹੋਈ ਗੋਭੀ ਹੈ ਜਾਂ ਇਸ ਤਰ੍ਹਾਂ ਦੀ ਹੈ ਤੇ ਪਾਣੀ ਵਾਲੀ ਤੇ ਥੋੜੀ ਜਿਹੀ ਨਿਚੋੜ ਲਓ। ਠੀਕ ਹੈ ਜੀ, ਥੋੜਾ ਜਿਹਾ ਘਿਓ ਪਾਵਾਂਗੀ ਮੈਂ ਤਵੇ ਤੇ। ਹੁਣ ਪਾਵਾਂਗੀ ਆਰਾਮ ਨਾਲ ਇਸ ਤਰ੍ਹਾਂ ਕਰਕੇ ਪਰਾਂਠਾ। ਠੀਕ ਹੈ ਜੀ, ਤੇ ਜਿਹੜਾ ਫਲੇਮ ਹੈਗਾ ਨਾ ਅਸੀਂ ਮੀਡੀਅਮ ਹੀ ਰੱਖਣਾ, ਨਾ ਜ਼ਿਆਦਾ ਤੇਜ਼ ਤੇ ਨਾ ਜ਼ਿਆਦਾ ਘੱਟ, ਕਿ ਜਿਹੜਾ ਪਰਾਂਠਾ ਹੈ ਸਾਡਾ ਫਸਟ ਕਲਾਸ ਬਣੇ। ਇਸੇ ਤਰ੍ਹਾਂ ਹੀ ਮੈਂ ਪੇੜਾ ਲੈ ਲਿਆ ਦੂਸਰਾ ਵੀ, ਮੈਂ ਬਹੁਤ ਜ਼ਿਆਦਾ ਛੋਟੀ ਨਹੀਂ ਬਣਾਉਂਦੀ, ਪਰਾਂਠਾ ਤਾਂ ਥੋੜ੍ਹਾ ਹੈਵੀ ਚੰਗਾ ਲੱਗਦਾ ਹੈ। ਤੇ ਇੱਕ ਗੱਲ ਹੋਰ, ਕਦੀ ਵੀ ਤੁਸੀਂ ਪਰਾਂਠੇ ਬਣਾਓ ਨਾ ਤੇ ਆਟਾ ਜਿਹੜਾ ਤੁਹਾਡਾ ਤਾਜ਼ਾ ਹੋਣਾ ਚਾਹੀਦਾ, ਫ੍ਰਿਜ 'ਚ ਰੱਖਿਆ ਹੋਇਆ ਉਵੇਂ ਦਾ ਨਾ ਨਹੀਂ ਬਣਦਾ। ਠੀਕ ਹੈ ਜੀ, ਤੇ ਫਿਰ ਮੈਂ ਦੁਬਾਰਾ ਤੋਂ ਐਡ ਕਰਾਂਗੀ ਨਮਕ ਅੱਛੀ ਤਰ੍ਹਾਂ ਵਧੀਆ ਤਰੀਕੇ ਨਾਲ। ਤੇ ਦੇਖੋ ਜੀ ਹੁਣ ਅਗਰ ਵੱਧ ਘੱਟ ਹੈ ਤੇ ਤੁਸੀਂ ਦੁਬਾਰਾ ਨਮਕ ਆਪਣੇ ਹਿਸਾਬ ਨਾਲ ਦੂਸਰੀ ਰੋਟੀ 'ਚ ਪਾ ਸਕਦੇ ਹੋ। ਕਈਆਂ ਨੂੰ ਘੱਟ ਪਸੰਦ ਹੈ, ਕਈਆਂ ਨੂੰ ਜ਼ਿਆਦਾ ਪਸੰਦ ਹੈ, ਔਰ ਤੁਸੀਂ ਕਰਿਆ ਇਸ ਤਰ੍ਹਾਂ ਕਰੋ, ਮਿਰਚਾਂ ਵੀ ਜਿਹੜੀਆਂ ਨਾ ਪਹਿਲੇ ਥੋੜੀਆਂ ਹੀ ਪਾਇਆ ਕਰੋ, ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਕੋਈ ਖਾਂਦਾ ਅਗਰ ਤੇਜ਼ ਖਾਂਦਾ ਤੇ ਥੋੜੀ ਜਿਹੀ ਨਾਲ ਨਾਲ ਐਡ ਕਰ ਲਈ, ਨਹੀਂ ਤੇ ਮੁਸ਼ਕਿਲ ਹੁੰਦੀ ਹੈ ਕਿ ਬੱਚਿਆਂ ਨੂੰ ਦੇਣਾ ਹੈ। ਤੁਸੀਂ ਸਾਰੀ ਗੋਭੀ 'ਚ ਤੁਸੀਂ ਐਡ ਕਰ ਦੋਗੇ ਨਮਕ ਮਿਰਚ ਇੱਕੋ ਜਿਹਾ, ਤੇ ਬੱਚੇ ਨੇ ਨਹੀਂ ਖਾਂਦੇ ਜ਼ਿਆਦਾ ਮਿਰਚ,
ਜਾਂ ਕੋਈ ਨਮਕ ਘੱਟ ਖਾਣਾ ਚਾਹੁੰਦਾ, ਇਸ ਕਰਕੇ ਨਾਲ ਦੀ ਨਾਲ ਪਾ ਲਓ। ਠੀਕ ਹੈ ਜੀ। ਤੇ ਫਲੇਮ ਜਿਹੜਾ ਤੁਸੀਂ ਜ਼ਿਆਦਾ ਤੇਜ਼ ਨਹੀਂ ਕਰਨਾ, ਪਰਾਂਠਾ ਜਿਹੜਾ ਤੁਹਾਡਾ ਸੜ ਜਾਏਗਾ। ਇਸ ਤਰ੍ਹਾਂ ਕਰਕੇ ਆਰਾਮ ਨਾਲ ਬਣਾਉਣਾ, ਚਾਰੋਂ ਪਾਸਿਓਂ ਸੇਕਣਾ ਤੁਸੀਂ ਬੜੇ ਪਿਆਰ ਨਾਲ। ਇਹ ਦੇਖੋ ਜੀ, ਹੁਣ ਫਿਰ ਸੋਸ ਟੱਠਾ ਨਾਲ ਵੇਲ ਲਾਂਗੇ ਅਸੀਂ ਇਸੇ ਤਰ੍ਹਾਂ ਕਰਕੇ। ਤੇ ਬਹੁਤ ਬੱਚੇ ਨੇ ਵਿਚਾਰੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ, ਬੱਚਿਆਂ ਨੂੰ ਟਾਈਮ ਹੀ ਨਹੀਂ ਇੰਨਾ ਮਿਲਦਾ, ਪਹਿਲੇ ਪੜ੍ਹਾਈ ਕਰੋ, ਫਿਰ ਕੋਰਸ ਕਰੋ, ਫਿਰ ਜੋਬ ਕਰੋ, ਤੇ ਕਿਚਨ 'ਚ ਆਉਣ ਦਾ ਟਾਈਮ ਨਹੀਂ ਮਿਲਦਾ। ਤੇ ਇਹ ਕੰਮ ਜਿਹੜਾ ਹੈਗਾ ਤਜਰਬੇ ਨਾਲ ਹੀ ਸਮਝ ਆਉਂਦੀ ਹੈ ਬੇਟਾ, ਕਰਦੇ ਕਰਦੇ। ਇਹ ਕੋਈ ਇਹੋ ਜਿਹੀ ਚੀਜ਼ ਨਹੀਂ ਹੈ ਜਿਹੜੀ ਤੁਹਾਨੂੰ ਦੱਸਣ ਨਾਲ ਸਮਝ ਆ ਜਾਏਗੀ, ਕਰੋਗੇ ਤਾਂ ਹੀ ਪਤਾ ਚੱਲੇਗਾ ਕਿ ਪਹਿਲੀ ਵਾਰੀ ਤੁਹਾਡਾ ਪਰਫੈਕਟ ਪਰਾਂਠਾ ਨਹੀਂ ਬਣੇਗਾ, ਉਸ ਤੋਂ ਬਾਅਦ ਤੁਹਾਨੂੰ ਹੈਬਿਟ ਹੋ ਜਾਏਗੀ। ਇੱਕ ਗੱਲ ਹੋਰ, ਦੇਖੋ ਮੇਰਾ ਪਰਾਂਠਾ ਤਿਆਰ ਹੈ, ਇਹ ਵਾਲੇ ਨਾਲ ਹੀ ਦੂਸਰਾ ਪਰਾਂਠਾ ਜਿਹੜਾ ਵੇਲ ਕੇ ਰੱਖ ਲਿਆ ਮੈਂ। ਕਈ ਬੱਚੇ ਪਤਾ ਕੀ ਕਰਦੇ ਨੇ ਗਲਤੀ, ਕਿ ਪਰਾਂਠਾ ਤੁਹਾਡਾ ਤਿਆਰ ਹੋ ਗਿਆ ਪਰ ਦੂਸਰੇ ਵਾਲਾ ਹਾਲੇ ਵੇਲਿਆ ਨਹੀਂ ਗਿਆ, ਤੇ ਘਿਓ ਜਿਹੜਾ ਤਵੇ ਤੇ ਹੈਗਾ ਉਹ ਸੜ ਜਾਏਗਾ ਤੇ ਉਹ ਟੇਸਟ ਨਹੀਂ ਰਹੇਗਾ। ਇਹ ਦੇਖੋ ਜੀ, ਫਸਟ ਕਲਾਸ ਹੋ ਗਿਆ, ਪਰ ਮੈਨੂੰ ਥੋੜਾ ਜਿਹਾ ਲੱਗਦਾ ਕਿ ਨਾਰਾ ਹੋਰ ਕਰਨਾ। ਮੱਛੀ ਤਾਂ ਲਾਲ ਕਰਕੇ ਖਾਂਦੀ ਆ, ਮੈਨੂੰ ਕੱਚੇ ਕੱਚੇ ਪਰਾਂਠੇ, ਚਿੱਟੇ ਚਿੱਟੇ ਪਰਾਂਠੇ ਪਸੰਦ ਨਹੀਂ ਹੈ। ਤੇ ਇਹ ਦੇਖੋ ਜੀ, ਹੁਣ ਪੱਕ ਗਿਆ ਫਸਟ ਕਲਾਸ, ਦੇਖ ਸਕਦੇ ਹੋ ਤੁਸੀਂ। ਤੇ ਹੁਣ ਦੂਸਰਾ ਪਰਾਂਠਾ ਜਾ ਰਿਹਾ ਫਿਰ ਤਵੇ ਤੇ, ਇਸ ਤਰ੍ਹਾਂ ਕਰਕੇ। ਤੇ ਬਸ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਤੁਹਾਡਾ ਤਵੇ ਦੇ ਉੱਪਰ ਘਿਓ ਤੇ ਨਹੀਂ ਹੈ ਜ਼ਿਆਦਾ ਗਰਮ, ਜੇ ਹੈ ਥੋੜਾ ਬਹੁਤਾ ਰਹਿ ਗਿਆ ਤੇ ਪਰਾਂਠਾ ਬੜੇ ਧਿਆਨ ਨਾਲ ਪਾਉਣਾ ਹੈ ਕਿ ਹੱਥ ਤੇ ਛਿੱਟੇ ਨਾ ਪੈ ਜਾਣ ਜਾਂ ਉਂਗਲੀ ਸੜ ਨਾ ਜਾਏ। ਠੀਕ ਹੈ ਜੀ। ਤੇ ਮੈਸੇਜ ਤੁਹਾਡੇ ਬਹੁਤ ਅੱਛੇ ਅੱਛੇ ਆ ਰਹੇ ਨੇ, ਪਰਸਨਲ ਮੈਸੇਜ। ਓਹੋ, ਤੁਸੀਂ ਤੇ ਪਤਾ ਨਹੀਂ ਕਿਆ ਕਮਾਲ ਦੇ ਮੈਸੇਜ ਕਰਦੇ ਹੋ, ਕਮੈਂਟ ਬਹੁਤ ਅੱਛੇ ਅੱਛੇ ਕਰਦੇ ਹੋ। ਸਭ ਨੂੰ ਤੇ ਮੈਂ ਰਿਪਲਾਈ ਨਹੀਂ ਕੀਤਾ, ਪਰ ਜਿੰਨੀਆਂ ਤਾਂ ਹੋ ਸਕਿਆ ਹੈ ਮੈਂ ਹੁਣ ਕੋਸ਼ਿਸ਼ ਕੀਤੀ ਹੈ ਰਿਪਲਾਈ ਕਰਨ ਦੀ, ਵਾਇਸ ਮੈਸੇਜ ਭੇਜਣ ਦੀ। ਤੇ ਜੋ ਲੋਕ ਰਹਿ ਗਏ ਨੇ, ਬੁਰਾ ਨਾ ਮੰਨਣਾ, ਮੈਂ ਕੋਸ਼ਿਸ਼ ਕਰਾਂਗੀ ਹਰ ਕਿਸੇ ਨੂੰ ਰਿਪਲਾਈ ਕਰ ਸਕਾਂ। ਤੇ ਵੀਡੀਓ ਜਿਹੜੀ ਹੈ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ, ਪੇਜ ਫੋਲੋ ਕਰਿਆ ਕਰੋ, ਹੋਰ ਦੂਜਿਆਂ ਨੂੰ ਵੀ ਕਰਵਾਇਆ ਕਰੋ। ਵੈਸੇ ਤੇ ਤੁਸੀਂ ਸਭ ਬਹੁਤ ਹੀ ਅੱਛੇ ਹੋ, ਕੋਈ ਕੰਪਲੇਨ ਨਹੀਂ ਹੈ ਮੈਨੂੰ ਤੁਹਾਡੇ ਕੋਲੋਂ, ਬਹੁਤ ਅੱਛੇ ਹੋ। ਮੇਰੇ ਵਿਊਵਰਸ ਜਿਹੜੇ ਨੇ ਨਾ ਸਾਰੇ ਬਹੁਤ ਜ਼ਿਆਦਾ ਅੱਛੇ ਨੇ। ਇਹ ਦੇਖੋ, ਨਮਕ ਉਸੇ ਤਰ੍ਹਾਂ ਅਸੀਂ ਇਸ ਤਰ੍ਹਾਂ ਘੁਮਾ ਘੁਮਾ ਕੇ ਪਾਵਾਂਗੇ। ਫਸਟ ਕਲਾਸ, ਇਹਨੂੰ ਹੁਣ ਕਰ ਦਾਂਗੇ ਫੋਲਡ। ਉੱਧਰ ਵੀ ਧਿਆਨ ਰੱਖਣਾ ਕਿ ਦੂਜਾ ਪਰਾਂਠਾ ਨਾ ਸੜ ਜਾਏ ਤਵੇ ਵਾਲਾ, ਇਸ ਤਰ੍ਹਾਂ ਕਰਕੇ ਫੋਲਡ ਕਰ ਲਿਆ ਸੀ। ਹੁਣ ਫਿਰ ਇਹਨੂੰ ਹੱਥ ਨਾਲ ਗੋਭੀ ਨੂੰ ਚੰਗੀ ਤਰ੍ਹਾਂ ਦਬਾ ਦਬਾ ਕੇ ਫੈਲਾ ਲਾਂਗੇ। ਤੇ ਦੇਖੋ ਜੀ, ਦੂਜਾ ਵੀ ਪਰਾਂਠਾ ਸਾਡਾ ਤਿਆਰ ਹੋਣ ਜਾ ਰਿਹਾ। ਸੇਕ ਦਾ ਤੁਸੀਂ ਖਾਸ ਖਿਆਲ ਰੱਖਣਾ, ਇਹ ਦੇਖੋ ਜੀ, ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਨਾ ਕਿ ਪਰਾਂਠਾ ਬਣਾਉਂਦੇ ਬਣਾਉਂਦੇ ਤੁਹਾਡਾ ਕਾਲਾ ਹੋ ਜਾਏ। ਤੇ ਵੈਸੇ ਵੀ ਅੱਜ ਕੱਲ ਮੇਰੀਆਂ ਬੇਟੀਆਂ ਵੀ ਪਰਾਂਠਿਆਂ ਦੀ ਵੀਡੀਓ ਪਾ ਰਹੀਆਂ ਨੇ, ਤੇ ਉਹਨਾਂ ਨੂੰ ਵੀ ਦੇਖਣਾ ਪਰਾਂਠੇ ਕਿੰਨੇ ਵਧੀਆ ਬਣਾ ਰਹੇ ਨੇ। ਤੇ ਪੇਜ ਫੋਲੋ ਜ਼ਰੂਰ ਕਰਿਆ ਕਰੋ, ਥੋੜ੍ਹਾ ਜਿਹਾ ਹੌਸਲਾ ਵੱਧ ਰਿਹਾ ਬੱਚਿਆਂ ਦਾ, ਬਹੁਤ ਅੱਛਾ ਲੱਗਦਾ ਜਦ ਤੁਸੀਂ ਕਮੈਂਟ ਕਰਦੇ ਹੋ। ਇਹ ਲਓ ਜੀ, ਵਧੀਆ ਜਿਹਾ ਫਸਟ ਕਲਾਸ ਜਿਹਾ ਪਰਾਂਠਾ ਚੰਗੀ ਤਰ੍ਹਾਂ ਰਾੜ ਲੈਣਾ ਤਾਂ ਹੀ ਟੇਸਟੀ ਲੱਗੇਗਾ। ਤੇ ਇਹ ਲਓ ਜੀ, ਸਾਡਾ ਦੂਜਾ ਪਰਾਂਠਾ ਵੀ ਹੋ ਗਿਆ ਤਿਆਰ। ਤੇ ਲਓ ਜੀ, ਪਰਾਂਠੇ ਸਾਡੇ ਹੋ ਗਏ ਤਿਆਰ ਫਸਟ ਕਲਾਸ ਗੋਭੀ ਵਾਲੇ। ਹੁਣ ਤੁਸੀਂ ਦਹੀਂ ਨਾਲ ਖਾ ਸਕਦੇ ਹੋ, ਮੌਸਮ ਬਦਲ ਗਿਆ ਹੈ, ਲੱਸੀ ਵੀ ਲਿਆ ਸਕਦੇ ਹੋ, ਅਚਾਰ, ਚਟਨੀ, ਜੋ ਵੀ ਲੈਣਾ ਚਾਹੋ। ਤੇ ਜੇ ਤੁਹਾਨੂੰ ਪਰਾਂਠੇ ਪਸੰਦ ਆ, ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ, ਪੇਜ ਫੋਲੋ ਕਰਨਾ, ਕਮੈਂਟ ਕਰਨਾ ਨਾ ਭੁੱਲਣਾ। ਤੇ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਰੈਸਪੀ ਨਾਲ ਬਹੁਤ ਜਲਦੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।